ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਚੈਨਲ 'ਤੇ। ਦੋਸਤੋ, ਪਿਛਲੇ ਦਿਨੀਂ ਆਸਟ੍ਰੇਲੀਆ 'ਚ ਸਿੱਖ ਗੇਮਾਂ ਹੋਈਆਂ, ਉੱਥੇ ਕਾਫੀ ਡੋਪ ਟੈਸਟਾਂ ਦਾ ਰੌਲਾ ਗੋਲਾ ਰਿਹਾ, ਜਿਸ ਵਿੱਚ ਦੋਸਤੋ ਖੁਸ਼ੀ ਦਾ ਨਾਮ ਵੀ ਆਉਂਦਾ ਸੀ। ਕਾਫੀ ਲੋਕਾਂ ਦਾ ਕਹਿਣਾ ਸੀ ਕਿ ਖੁਸ਼ੀ ਡੋਪ ਟੈਸਟ ਤੋਂ ਡਰਦਾ ਮੈਚ ਨਹੀਂ ਖੇਡਿਆ ਅਤੇ ਡੋਪ ਟੈਸਟ ਕਰਵਾਏ ਬਿਨਾਂ ਹੀ ਮੈਚ ਛੱਡ ਗਿਆ। ਦਰਅਸਲ ਸੱਚ ਕੁਝ ਹੋਰ ਹੀ ਸੀ। ਦੋ ਦਿਨ ਪਹਿਲਾਂ ਖੁਸ਼ੀ ਨੇ ਆਪਣੇ ਡੋਪ ਟੈਸਟ ਦੀ ਰਿਪੋਰਟ ਪਾਈ, ਜਿਸ ਵਿੱਚ ਸਾਫ਼ ਤੌਰ 'ਤੇ ਦੱਸਦਾ ਹੈ ਕਿ ਖੁਸ਼ੀ ਡੋਪ ਟੈਸਟ ਪਾਸ ਕਰ ਗਿਆ ਸੀ, ਪਰ ਉਸ ਦੇ ਲੱਗੀ ਹੋਈ ਸੱਟ ਕਾਰਨ ਉਹ ਮੈਚ ਨਹੀਂ ਖੇਡ ਸਕਿਆ। ਡੋਪ ਟੈਸਟ ਦੀ ਰਿਪੋਰਟ ਖੁਸ਼ੀ ਨੇ ਪਾ ਕੇ ਜਿੰਨੇ ਉਸਨੂੰ ਨਫ਼ਰਤ ਕਰਨ ਵਾਲੇ ਸਨ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਸਨੇ ਸਾਫ਼ ਸੁਥਰੀ ਖੇਡ ਦਾ ਸੱਚ ਲੋਕਾਂ ਸਾਹਮਣੇ ਰੱਖ ਦਿੱਤਾ। ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।